ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ, ਜਿਸ ਦੇ ਨੇਤਾਵਾਂ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਨੇਤਾਵਾਂ ਦੇ ਮਨ ਮੁਟਾਵ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਹੈ। ਬਠਿੰਡਾ ਸ਼ਹਿਰੀ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਤਾਂ ਕਰ ਦਿੱਤੀ ਹੈ, ਪਰ ਉਹਨਾਂ ਦੇ ਸਾਹਮਣੇ ਚੁਣੌਤੀ ਰੁੱਸਿਆਂ ਨੂੰ ਮਨਾਉਣ ਦੀ ਵੀ ਹੈ। ਪੰਜਾਬ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਗੁਰਦੁਆਰਾ ਸਾਹਿਬ ਅਤੇ ਹਨੂੰਮਾਨ ਮੰਦਿਰ 'ਚ ਮੱਥਾ ਟੇਕ ਕੇ ਕੰਪੇਨ ਦਾ ਆਗਾਜ਼ ਕੀਤਾ। ਇਸ ਮੌਕੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਨਾਰਾਜ਼ ਆਗੂਆਂ ਨਾਲ ਕਿਵੇਂ ਨਜਿੱਠਣਗੇ ਤਾਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਟਿਕਟ ਨਹੀਂ ਮਿਲਣ ਤੇ ਦੁੱਖ ਤਾਂ ਹੁੰਦਾ, ਪਰ ਉਹ ਪਾਰਟੀ ਦੇ ਆਗੂਆਂ ਨੂੰ ਮਨਾ ਲੈਣਗੇ। ਜ਼ਾਹਿਰ ਹੈ ਕਿ ਜਦੋਂ ਟਿਕਟਾਂ ਦੀ ਤਕਸੀਮ ਹੁੰਦੀ ਹੈ ਤਾਂ ਕੁਝ ਬੰਦਿਆਂ ਨੂੰ ਟਿਕਟਾਂ ਨਹੀਂ ਮਿਲਦੀਆਂ, ਇਹ ਤਾਂ ਕੁਦਰਤੀ ਗੱਲ ਹੈ। ਔਰ ਇਹ ਵੀ ਕੁਦਰਤੀ ਗੱਲ ਹੈ ਕਿ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਹਨਾਂ ਦੇ ਦਿਲ ਅਜ਼ਾਰੀ ਤਾਂ ਹੁੰਦੀ ਹੈ। ਜੇ ਮੈਨੂੰ ਵੀ ਨਾ ਟਿਕਟ ਮਿਲਦੀ ਤਾਂ ਸ਼ਾਇਦ ਮੇਰੇ ਮਨ ਨੂੰ ਵੀ ਠੇਸ ਪਹੁੰਚਦੀ। ਅਸੀਂ ਉਹਨਾਂ ਦੇ ਪੈਰ ਫੜ ਲਾਂਗੇ, ਔਰ ਸਾਡੇ ਭਰਾ ਨੇ, ਸਾਡੇ ਸਾਥੀ ਨੇ, ਜਦੋਂ ਪੈਰ ਫੜ ਲਏ ਫਿਰ ਤਾਂ ਭੱਜ ਨਹੀਂ ਸਕਦੇ। ਅਸੀਂ ਪਿਆਰ ਦੀਆਂ ਬੇੜੀਆਂ ਉਹਨਾਂ ਦੇ ਪੈਰਾਂ 'ਚ ਪਾ ਦਾਂਗੇ, ਕਿਤੇ ਜਾਣ ਨਹੀਂ ਦਿੰਦੇ। ਦੂਜੇ ਪਾਸੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ 'ਚ ਗੁੱਟਬਾਜ਼ੀ ਵਧਣ ਦਾ ਦਾਅਵਾ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਭੱਠਲ ਅਤੇ ਕੈਪਟਨ ਕਾਂਗਰਸ ਤੋਂ ਬਾਅਦ ਸਿੱਧੂ ਕਾਂਗਰਸ ਦਾ ਨਾਮ ਧੜੇਬੰਦੀ ਦੀ ਲਿਸਟ ਵਿੱਚ ਸ਼ਾਮਿਲ ਹੋ ਜਾਵੇਗਾ। ਜਦਕਿ ਵੇਰਕਾ ਦਾ ਕਹਿਣਾ ਕਿ ਅਕਾਲੀ ਦਲ ਨੂੰ ਪਹਿਲਾਂ ਆਪਣੇ ਹਾਲਾਤ 'ਤੇ ਗੌਰ ਕਰਨਾ ਚਾਹੀਦਾ ਹੈ। ਇਹ ਸਾਰੀ ਲੜਾਈ ਕੈਪਟਨ ਵਰਸਿਸ ਸਿੱਧੂ, ਬਾਜਵਾ, ਭੱਠਲ, ਲਾਲ ਸਿੰਘ ਸਾਰੀ ਚੱਲ ਰਹੀ ਹੈ। ਕਿ ਸਾਡੇ ਤੇ ਚਾਰ ਉਮੀਦਵਾਰਾਂ ਦਾ ਜ਼ਿਕਰ ਸੁਖਬੀਰ ਬਾਦਲ ਹੋਰਾਂ ਨੇ ਕੀਤਾ, ਲੇਕਿਨ ਉਹਨਾਂ ਦੇ 25 ਉਮੀਦਵਾਰਾਂ ਦਾ ਜ਼ਿਕਰ ਮੈਂ ਕਰ ਸਕਦਾ। ਉਹਨਾਂ ਦੇ ਤੇ ਸਾਰ ਇਲਾਕੇ ਦੇ ਵਿੱਚ, ਪਿੰਡ ਪਿੰਡ ਦੇ ਵਿੱਚ ਵਿਰੋਧ ਹੋ ਰਿਹਾ, ਘਰ ਘਰ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ। ਸਾਡੇ ਦੇ ਕੈਂਡੀਡੇਟਾਂ ਦਾ ਆਪਸੀ ਮਨ ਮੁਟਾਵ ਕਿਸੇ 1, 2, 4, 10 ਵਰਕਰਾਂ ਨਾਲ ਹੋ ਸਕਦਾ, ਲੇਕਿਨ ਉਹਨਾਂ ਦਾ ਵਿਰੋਧ ਅਕਾਲੀ ਦਲ ਦੇ ਵਰਕਰਾਂ ਦਾ, ਅਕਾਲੀ ਦਲ ਦੇ ਲੀਡਰਾਂ ਦਾ, ਪੂਰਾ ਪੰਜਾਬ ਵਿਰੋਧ ਕਰ ਰਿਹਾ। ਇਹ ਵਰਕਰ ਦਾ ਵਿਰੋਧ ਤੇ ਸਾਂਭਿਆ ਜਾ ਸਕਦਾ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਚੁੱਕੀ ਹੈ। ਹਾਲਾਂਕਿ ਸਿੱਧੂ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਿਲ ਨਹੀਂ ਹੋਏ, ਪਰ ਉਹਨਾਂ ਦੇ ਚੋਣ ਲੜਨ ਦੀ ਚਰਚਾ ਜ਼ੋਰਾਂ 'ਤੇ ਹੈ। ਬਠਿੰਡਾ ਤੋਂ ਗੋਬਿੰਦ ਸੈਣੀ, ਅੰਮ੍ਰਿਤਸਰ ਤੋਂ ਰਾਜਨ ਗੁਸਾਈ, ਜ਼ੀ ਮੀਡੀਆ।